ਅਸੀਂ ਆਪਣੀ ਕੌਮ ਦਾ ਅਲੱਗ ਘਰ ਚਾਹੁੰਦੇ ਹਾਂ ਤੇ ਉਹਦੇ ਵਿਚ ਹਿੰਦੂ ਵੀ ਰਹਿਣਗੇ, ਮੁਸਲਮਾਨ ਵੀ ਰਹਿਣਗੇ, ਈਸਾਈ ਵੀ ਰਹਿਣਗੇ, ਸਾਰੇ। ਕੋਈ ਪ੍ਰਾਈਮ ਮਿਨਿਸਟਰ ਬਣ ਸਕਦਾ, ਸਾਨੂੰ ਇਹ ਨਹੀਂ ਸਿੱਖ ਬਣੇ, ਕੋਈ ਵੀ ਪ੍ਰਾਈਮ ਮਿਨਿਸਟਰ ਖਾਲਿਸਤਾਨ ਦਾ ਬਣ ਸਕਦਾ, ਕੁਛ ਕਰ ਸਕਦਾ ਹੈ। ਐਵਰੀ ਬੋਡੀ ਵਿਲ ਹੈਵ ਅ ਰਾਈਟ ਆਫ ਇਕੁਆਲਿਟੀ ਐਂਡ ਦਾ ਰਾਈਟ ਟੂ ਸੋਰਟ ਆਫ ਕੰਟੈਸਟ ਐਂਡ ਬੀ ਇਕੁਅਲ। ਸੋ ਦੈਟ ਇਜ਼ ਦਾ ਬਿਗੈਸਟ ਇਸ਼ੂ ਦੈਟ ਦਾ ਸਿੱਖਸ ਫੀਲ ਡਿਸਕ੍ਰੀਮੀਨੇਟਿਡ ਅਗੇਂਸਟ। ਤੇ ਬਾਦਲ ਸਾਹਿਬ 1996 ਦੇ ਕਹਿ ਰਹੇ ਹੈ ਕਿ ਸਾਡਾ ਬੀਜੇਪੀ ਆਰ ਐਸ ਐਸ ਦੇ ਨਾਲ ਤਾਂ ਸਮਝੌਤਾ ਹੋਇਆ ਹੋਇਆ। ਤਾਂ ਫਿਰ ਉਹ ਕਹਿੰਦੇ ਹੈ ਕਿ ਮਜੀਠੀਆ ਸਾਹਿਬ ਅਸਤੀਫਾ ਦੇਣ। ਅਗਰ ਕਿਸੇ ਵਜ਼ੀਰ ਦੇ ਖਿਲਾਫ ਇਹੋ ਜਿਹੇ ਸੰਗੀਨ ਇਲਜ਼ਾਮ ਲੱਗਣ ਤਾਂ ਮੇਰਾ ਮਤਲਬ ਬੀਜੇਪੀ ਦੀ ਜਿਹੜੀ ਮੰਗ ਹੈਗੀ ਹੈ ਉਹ ਗਲਤ ਨਹੀਂ ਹੈ। ਪਰ ਫਿਰ ਇਹ ਬਾਦਲ ਕੇ ਕਿਉਂ ਡਰਦੇ ਹੈ ਕਿ ਮੋਦੀ ਨੇ ਜਿਹੜਾ 2002 ਦੇ ਵਿਚ 2000 ਤੋਂ ਜ਼ਿਆਦਾ ਮੁਸਲਮਾਨ ਦਾ ਕਤਲੇਆਮ ਕਰਤਾ, ਉਨ੍ਹਾਂ ਦੀਆਂ ਬੀਬੀਆਂ ਨੂੰ ਰੇਪ ਕਰਵਾਤਾ, ਉਨ੍ਹਾਂ ਦੀ ਵੀਡੀਓਗ੍ਰਾਫੀ ਕੀਤੀ, 2013 ਦੇ ਵਿਚ 60,000 ਸਿੱਖ ਜ਼ਿਮੀਦਾਰ ਬੇਦਖਲ ਕਰਤੇ, ਤੇ ਫਿਰ ਇਹ ਬਾਦਲ ਦੇ ਲਈ ਕਿਉਂ ਘਬਰਾਉਂਦੇ ਹੈ ਕਿ ਮੋਦੀ ਵੀ ਫਿਰ ਇਹ ਅਸਤੀਫਾ ਦੇਵੇ? ਜੇ ਮਜੀਠੀਏ ਦਾ ਰਾਈਟ ਹੈ ਅਸਤੀਫਾ ਲੈਣ ਦਾ, ਮੈਂ ਤਾਂ ਸਮਝਦਾ ਕਿ ਜੇ ਉਸਨੇ ਗਲਤੀਆਂ ਕੀਤੀਆਂ ਇਹਦੇ ਤੋਂ ਲਓ ਅਸਤੀਫਾ। ਪਰ ਫਿਰ ਜੇ ਮੰਗ ਤੁਹਾਡੀ ਮਜੀਠੀਏ ਤੇ ਹੈ, ਉਦੋਂ ਮਾੜੇ ਕੰਮ ਤਾਂ ਮੋਦੀ ਸਾਹਿਬ ਨੇ ਕੀਤੇ ਹੋਏ ਹੈ। 2002 ਦੇ ਵਿਚ 2000 ਤੋਂ ਜ਼ਿਆਦਾ ਮੁਸਲਮਾਨਾਂ ਦੀ ਕਤਲੇਆਮ ਕੀਤੀ ਹੈ, ਉਹਦਾ ਫਿਰ ਰੈਜ਼ਿਗਨੇਸ਼ਨ ਕਿਉਂ ਨਹੀਂ ਬਦਲ ਕੇ ਮੰਗਦੇ ਹੈਗੇ? ਇਹ ਡਰਪੋਕ ਕਾਵਡ, ਜਦੋਂ ਲੀਡਰਸ਼ਿਪ ਕਿਸੇ ਕੌਮ ਦੇ ਉੱਤੇ ਆ ਜੇ ਉਸ ਕੌਮ ਦਾ ਹਾਲ ਹੀ ਇਹੋ ਜਿਹਾ ਹੁੰਦਾ ਤਰਸਯੋਗ। ਤੇ ਅਸੀਂ ਨਹੀਂ ਹੁਣ ਦੇਣਾ ਚਾਹੁੰਦੇ ਕਿ ਇਹ ਸਾਨੂੰ ਤਰਸ ਆਉਂਦਾ, ਸਾਡੇ ਕੋਲ ਆਪਣਾ ਸਿਲਸਿਲਾ ਹੈ, ਸਾਡੇ ਕੋਲ ਸਾਰਾ ਕੁਛ ਹੈ, ਚਿੱਠੀ ਪੜ੍ਹ ਲਓ। ਅਸੀਂ ਅੰਬੈਸਡਰ ਨੂੰ ਲਿਖਿਆ ਕਿ ਇਹ ਤਾਂ ਕੋਈ ਮਤਲਬ ਹੀ ਨਹੀਂ ਹੈ ਕਿ ਇਸ ਦੀ ਐਕਸਟ੍ਰੈਡੀਸ਼ਨ ਹੋਵੇ, ਜੋ ਕਰਕੇ ਇਹਨੇ ਆਪਣੀ ਇਹ ਟਰਮ ਭੋਗ ਲਈ ਹੈ, ਖਤਮ ਕਰ ਲਈ ਹੈ। ਤੇ ਜੇ ਬੇਅੰਤ ਸਿੰਘ ਦਾ ਇੱਥੋਂ ਦਾ ਜਿਹੜਾ ਐਮ ਪੀ ਹੈ ਇਹ ਬਿੱਟੂ, ਜੇ ਉਹਨੂੰ ਦੁੱਖ ਹੈ ਤਾਂ ਮੇਰਾ ਮਤਲਬ ਉਹ ਦੁੱਖ ਪ੍ਰਗਟ ਕਰੇ। ਪਰ ਬੇਅੰਤ ਸਿੰਘ ਦੇ ਦੋ ਹਿੱਸੇ ਹੈ, ਇੱਕ ਸਿਆਸੀ ਹੈ, ਇੱਕ ਉਹਦਾ ਦਾਦਾ ਹੈਗਾ। ਐਸ ਚੀਫ ਮਿਨਿਸਟਰ ਉਸਨੇ ਕਤਲੇਆਮ ਕੀਤੀ ਹੈ, ਸਿੱਖਾਂ ਨੂੰ ਟੋਰਚਰ ਕੀਤਾ ਹੈ, ਤਾਂ ਮੇਰਾ ਮਤਲਬ ਬਿੱਟੂ ਨੂੰ ਉਨ੍ਹਾਂ ਨੂੰ ਸੈਪਰੇਟ ਕਰਨਾ ਚਾਹੀਦਾ। ਤੇ ਜੇ ਭੁੱਖ ਹੜਤਾਲ ਉਹਨੇ ਰੱਖਣੀ ਹੈ ਕਿ ਜੇ ਸਿੱਖ ਛੁੱਟਦੇ ਹੈ ਤਾਂ ਮੇਰਾ ਮਤਲਬ ਉਹ ਰੱਖ ਸਕਦਾ, ਇਹ ਫ੍ਰੀ ਹੈ, ਤਾਂ ਅਸੀਂ ਤਾਂ ਉਹਨੂੰ ਸਟੋਪ ਨਹੀਂ ਕਰਦੇ। ਪਰ ਇਹਦੇ ਦੋ ਹਿੱਸੇ ਹੋਣੇ ਚਾਹੀਦੇ ਹੈ, ਇੱਕ ਕਿ ਮੇਰਾ ਗ੍ਰੈਂਡ ਫਾਦਰ ਹੈ, ਉਹਦੇ ਲਈ ਮੇਰੀ ਮੁਹੱਬਤ ਹੈ, ਪਰ ਜਿਹੜਾ ਇਹ ਜ਼ੁਲਮ ਕਰਦਾ, ਜਿਹੜਾ ਕਤਲੇਆਮ ਕਰਦਾ, ਉਹਦੇ ਤਾਂ ਮੈਂ ਖਿਲਾਫ਼ ਹੋਊਂਗਾ। ਤੇ ਬਿੱਟੂ ਨੂੰ ਵੀ ਖਿਲਾਫ਼ ਹੋਣਾ ਚਾਹੀਦਾ, ਜਿਹੜੇ ਗੰਦੇ ਕੰਮ ਜਿਹੜਾ ਕਤਲੇਆਮ ਬੇਅੰਤ ਸਿੰਘ ਨੇ ਕੀਤਾ, ਫਿਰ ਉਹਦੇ ਲਈ ਵੀ ਇਹ ਉਸ ਨੂੰ ਐਸ ਮੈਂਬਰ ਆਫ ਪਾਰਲੀਮੈਂਟ, ਜੋ ਕਰਕੇ ਸਾਰਿਆਂ ਨੇ ਉਹਨੂੰ ਵੋਟਾਂ ਪਾਈਆਂ, ਫਿਰ ਇੱਕ ਪਾਸੇ ਆਪਣੇ ਦਾਦੇ ਦੀ ਤਾਰੀਫ ਕਰੇ ਕਿ ਮੇਰੇ ਦਾਦਾ ਜੀ ਸੀਗੇ, ਦੂਜੇ ਪਾਸੇ ਦਾਦਾ ਜੀ ਨੇ ਜਿਹੜੇ ਮਾੜੇ ਕੰਮ ਕੀਤੇ ਆ, ਕਤਲੇਆਮ ਕੀਤੀ ਹੈ, ਟੋਰਚਰ ਕੀਤਾ, ਕੇ ਪੀ ਐਸ ਗਿੱਲ ਨੂੰ ਫ੍ਰੀ ਹੈਂਡ ਦਿੱਤਾ, ਇਹਦਾ ਵੀ ਤਾਂ ਹੈਗਾ। ਹੁਣ ਬਾਦਲ ਸਾਹਿਬ ਨੇ ਸਾਰੀ ਐਬਡੋਗੇਟ ਕਰਤੀ ਹੈ ਆਪਣੀ ਗਵਰਨੈਂਸ, ਸਾਰੀ ਗਵਰਨੈਂਸ ਸਮੇਤ ਸੈਣੀ ਨੂੰ ਦੇਤੀ ਹੈ। ਸਮੇਤ ਸੈਣੀ ਮਿਸਕੋਟ ਕਰ ਰਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਕਿ ਜੀ ਕੋਈ ਅਰਲੀ ਰਿਲੀਫ ਕਿਸੇ ਪ੍ਰਿਜ਼ਨਰ ਨੂੰ ਮਿਲ ਹੀ ਨਹੀਂ ਸਕਦੀ, ਜਦਕਿ ਆਰਟੀਕਲ 161 ਕਲੀਅਰ ਹੈ ਕਿ ਗਵਰਨਰ
ਬਿਲਕੁਲ ਪਾਠਨ ਵੀ ਕਰ ਸਕਦਾ, ਘੱਟ ਵੀ ਕਰ ਸਕਦਾ, ਬਾਹਰ ਵੀ ਕੱਢ ਸਕਦਾ। ਤਾਂ ਮੇਰਾ ਮਤਲਬ ਸੈਣੀ ਜਿਸ ਦੇ ਉੱਤੇ CBI ਦਾ ਮੁਕੱਦਮਾ ਚੱਲ ਰਿਹਾ ਹੋਵੇ ਅਬਡਕਸ਼ਨ ਦਾ ਤੇ ਮਰਡਰ ਦਾ ਦਿੱਲੀ ਦੀ ਹਾਈ ਕੋਰਟ ਦੇ ਵਿੱਚ, ਜਿਹੜਾ ਸੈਣੀ ਕਦੇ ਅਦਾਲਤ ਨੂੰ ਅਟੈਂਡ ਨਹੀਂ ਕਰਦਾ, ਉਸ ਨੂੰ ਗਵਰਨਮੈਂਟ ਪਾਲਿਸੀ ਦੇ ਉੱਤੇ ਬਿਠਾ ਲੈਣਾ, ਮੇਰਾ ਮਤਲਬ ਇਹ ਬਾਦਲ ਦੀ ਕਿਹੜੀ ਕਾਮਯਾਬੀ ਹੈ ਜਾਂ ਅਕਲ ਕੀ ਹੈ, ਇਹ ਸਿਆਣਪ ਕੀ ਹੈ? ਮੇਰਾ ਮਤਲਬ ਗਵਰਨੈਂਸ ਤਾਂ ਤੁਸੀਂ ਵੋਟਾਂ ਪਾ ਕੇ ਬਾਦਲ ਨੂੰ ਦਿੱਤੀ ਹੈ, BJP ਨੂੰ ਦਿੱਤੀ ਹੈ। ਸੈਣੀ ਤਾਂ ਇੱਕ ਮੁਲਾਜ਼ਮ ਹੈ ਤੇ ਹੋਮ ਸੈਕਟਰੀ ਤੋਂ ਉੱਤੇ ਜਾ ਕੇ ਉਹ ਕਿਵੇਂ ਬਿਆਨ ਇਹੋ ਜਿਹਾ ਦੇ ਸਕਦਾ? ਤੇ ਚਲੋ ਜੇ ਸੁਪਰੀਮ ਕੋਰਟ ਨੇ ਇਹੋ ਜਿਹਾ ਆਰਡਰ ਕੱਢਿਆ, ਫਿਰ ਆਪਣੇ ਕੈਟ ਪਿੰਕੀ ਕੈਟ ਨੂੰ ਜਿਹਨੂੰ ਉਮਰ ਕੈਦ ਹੋਈ ਹੋਈ ਹੈ, ਉਹਨੂੰ 7 ਸਾਲਾਂ ਤੋਂ ਪਹਿਲਾਂ ਕਿਉਂ ਇਹ ਛੱਡਤਾ? ਇਹ ਮੇਰਾ ਮਤਲਬ ਸੈਣੀ, ਹੁਣ ਤੁਸੀਂ ਕੀ ਪੰਜਾਬ ਦੇ ਲੋਕ ਹੋ? ਚਲੋ ਇਹ ਸਿੱਖਾਂ ਦਾ ਮਸਲਾ ਹੈ, ਪਰ ਤੁਸੀਂ ਚਾਹੋਗੇ ਕਿ ਇੱਥੇ ਪੁਲਿਸ ਰਾਜ ਹੋਵੇ? ਜਦੋਂ ਤੁਹਾਡੀ BJP ਸਰਕਾਰ ਹੈ, ਸਿੱਖਾਂ ਦੇ ਲਈ ਕੋਈ ਪਾਰਟੀਸਪੇਟ ਕਰ ਰਹੀ ਹੈ, ਬਾਦਲ ਦੇ ਲਈ ਹੈਗੇ ਹੈ, ਤਾਂ ਪੁਲਿਸ ਰਾਜ ਫਿਰ ਚਾਹੁੰਦੇ ਹੋ? ਇਹ ਪੁਲਿਸ ਰਾਜ ਤੇ ਫੌਜ ਰਾਜ ਤਾਂ ਪਾਕਿਸਤਾਨ ਨੇ ਰਿਜੈਕਟ ਕਰਤਾ, ਸਾਰੇ ਵਕੀਲ ਬਾਹਰ ਨਿਕਲਿਆ, ਤੇ ਇੱਥੇ ਪੰਜਾਬ ਬਾਹਰ ਕਿਉਂ ਨਹੀਂ ਆਉਂਦਾ? ਕਿ ਇਹ ਪੁਲਿਸ ਰਾਜ ਸਾਨੂੰ ਨਹੀਂ ਚਾਹੀਦਾ? ਕਿ ਪਾਕਿਸਤਾਨੀ ਸਾਡੇ ਨਾਲ ਚੰਗੇ ਆ? ਫਿਰ ਸਵਾਹ ਗੱਲ ਹੈ ਜੀ ਇਹ। ਤੇ ਅੱਜ 18 ਤਰੀਕ ਨੂੰ ਅਸੀਂ ਇਹ ਦਾਣਾ ਮੰਡੀ ਦੇ ਵਿਚ ਸਾਡੇ ਪ੍ਰਧਾਨ ਸਾਹਿਬ ਚੀਮਾ ਸਾਹਿਬ ਜਸਵੰਤ ਸਿੰਘ, ਇਹ ਬਹੁਤ ਵੱਡਾ ਕੱਟ ਪਾਰਟੀ ਦਾ ਇਹ ਕਰ ਰਹੇ ਆ ਕਾਨਫਰੰਸ, ਜਿਹੜੀ ਕਿ ਇਹ ਸਿੱਖ ਨੈਸ਼ਨਲ ਰੈਲੀ ਹੋਊਗੀ, ਤੇ ਉਹਦੇ ਵਿਚ ਤੁਸੀਂ ਸਾਰਿਆਂ ਨੇ ਪਲੀਜ਼ ਪਾਰਟੀਸਪੇਟ ਕਰਿਓ। ਹਾਂਜੀ, ਮੈਂ ਤਾਂ ਆਪ ਨੂੰ ਸਾਰਿਆਂ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਕਿ 18 ਤਰੀਕ ਜਲੰਧਰ ਬਾਈਪਾਸ, ਇੱਥੇ ਦੋ ਦਾਣਾ ਮੰਡੀ ਹੈ।